ਅਧਿਆਪਕਾਂ ਨੂੰ ਪੂਰੀ ਤਨਖਾਹ ਦੇਵੇ ਪੰਜਾਬ ਸਰਕਾਰ। ਕੇਜਰੀਵਾਲ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੰਗਰੂਰ ਦੇ ਰੇਲਵੇ ਸਟੇਸ਼ਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਅਧਿਆਪਕਾਂ ਨੂੰ ਪੂਰੀ ਤਨਖਾਹ ਦੇਣੀ ਚਾਹੀਦੀ ਹੈ, ਕਿਉਂਕਿ ਜੇਕਰ ਅਧਿਆਪਕਾਂ ਨੂੰ ਪੂਰੀ ਤਨਖਾਹ ਨਹੀਂ ਮਿਲੇਗੀ ਤਾਂ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਕਰਨਗੇ। ਅਰਵਿੰਦ ਕੇਜਰੀਵਾਲ ਅੱਜ ਬਠਿੰਡਾ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ। ਉਹਨਾਂ ਨਾਲ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ, ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਅਮਨ ਅਰੋੜਾ ਵੀ ਜਾ ਰਹੇ ਹਨ। तो बच्चों को क्या पढ़ाएंगे? मैं शिक्षा मंत्री जी से कहूंगा, वो पढ़ाएंगे कैसे फिर? अगर तनख्वाहें नहीं मिलेंगी टीचर्स को ठीक से तो पढ़ाएंगे कैसे फिर? पूरी तनख्वाह देनी चाहिए इसको, सरकार को शर्मानी चाहिए इस चीज पे। सर, मुझे केंद्र सरकार ने भी वादा किया था, मैं हर्षवर्धन जी जो एनवायरमेंट मिनिस्टर हैं उनसे मैं मिला था, उन्होंने मुझे प्रॉमिस किया था कि अगले साल से पराली जो जो किसान हैं उनको सब्सिडी दे के, मैं खट्टर साहब से भी मिला था, उन्होंने भी प्रॉमिस किया था। ये दुख की बात है कि सरकारों ने कदम नहीं उठाए। आज हमारी जो साथी हैं रूबी, उनकी शादी है, उनकी शादी में जा रहे हैं। आप भी, आप लोग भी आइए।